ਸਤਿ ਸ਼੍ਰੀ ਅਕਾਲ ਜੀ। ਅੱਜ ਕੱਲ ਇੱਕ ਬੜੀ ਮਜ਼ੇਦਾਰ ਖਬਰ ਦੇਸ਼ ਵਿਦੇਸ਼ ਦੀਆਂ ਫਿਜ਼ਾਵਾਂ ਦੇ ਵਿੱਚ ਤੈਰ ਰਹੀ ਹੈ, ਸੋਸ਼ਲ ਮੀਡੀਆ ਦੇ ਉੱਤੇ ਮਟਕ ਰਹੀ ਹੈ, ਜਿਹਨੂੰ ਸੁਣ ਕੇ ਪੜ੍ਹ ਕੇ ਬਹੁਤ ਖੁਸ਼ੀ ਹੋ ਰਹੀ ਹੈ। ਦੇਖੋ ਜਿਹੜੇ ਵਾਰੀਅਰ ਹੁੰਦੇ ਨੇ, ਜਰਨੈਲ ਹੁੰਦੇ ਨੇ ਨਾ, ਉਹਨਾਂ ਦੀ ਕਦਰ ਪੂਰੀ ਦੁਨੀਆ ਦੇ ਵਿੱਚ ਹੈ। ਉਹ ਕਿਸੇ ਇੱਕ ਖਿੱਤੇ ਦੇ ਨਹੀਂ ਹੁੰਦੇ, ਕਿਸੇ ਇੱਕ ਧਰਤੀ ਦੇ ਨਹੀਂ ਹੁੰਦੇ। ਇਸ ਗੱਲ ਦਾ ਪ੍ਰਮਾਣ ਅੱਜ ਮਿਲ ਗਿਆ ਜੀ, ਜਦੋਂ ਸਾਡੇ ਮੁਲਕ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਸ਼ਾਇਦ ਸਾਡੇ ਜਨਰਲ ਹਰੀ ਸਿੰਘ ਨਲਵਾ ਹੋਣਾ ਦਾ ਉਹਨਾਂ ਅੱਜ ਲੋਕਾਂ ਨੂੰ ਧਿਆਨ ਨਾ ਹੋਵੇ, ਪਰ ਕਿੰਨਾ ਫਖਰ ਹੁੰਦਾ ਜਦੋਂ ਅਸੀਂ ਦੇਖਦੇ ਹਾਂ ਡੈਲਸ ਦੀ ਕਾਓਬੋਏ ਫੁੱਟਬਾਲ ਟੀਮ ਜਿਹੜੀ ਹੈ, ਉਹ ਜਦੋਂ ਆਪਣੀਆਂ ਟੀ ਸ਼ਰਟਸ ਦੇ ਉੱਤੇ ਦ ਗ੍ਰੇਟ ਵਾਰੀਅਰ ਹਰੀ ਸਿੰਘ ਨਲਵਾ ਦਾ ਆਪਣਾ ਜਦੋਂ ਇੱਕ ਪੋਰਟਰੇਟ ਲੈ ਕੇ, ਇੱਕ ਤਸਵੀਰ ਲੈ ਕੇ ਜਦੋਂ ਨਿਕਲਦੀ ਹੈ, ਅਤੇ ਫਿਰ ਉੱਥੇ ਬਹੁਤ ਵੱਡਾ ਇੱਕ ਬੋਰਡ ਲੱਗਿਆ ਜਿੱਥੇ ਮਤਲਬ ਜਿਹਦੇ ਥੱਲਿਓਂ ਸਭ ਆ ਜਾ ਰਹੇ ਨੇ, ਉੱਥੇ ਜਨਰਲ ਹਰੀ ਸਿੰਘ ਨਲਵਾ ਦਾ ਜਦੋਂ ਅਸੀਂ ਐਡਾ ਇੱਕ ਮੁਜੱਸਮਾ ਦੇਖਦੇ ਹਾਂ ਇੱਕ ਤਰ੍ਹਾਂ ਨਾਲ, ਅਤੇ ਆਪਣੇ ਆਪ ਨੂੰ ਬੜਾ ਫਖਰ ਹੁੰਦਾ। ਔਰ ਮੈਨੂੰ ਬਹੁਤ ਚੰਗਾ ਇਸ ਕਰਕੇ ਵੀ ਲੱਗ ਰਿਹਾ ਕਿ ਜਿਹੜੀ ਸ਼ੁਰੂਆਤ ਸਾਡੀ ਇੱਥੋਂ ਧਰਤੀ ਤੋਂ ਹੋਣੀ ਚਾਹੀਦੀ ਸੀ ਕਿ ਸਾਡੀ ਇਹ ਗੱਲ ਫੈਲ ਕੇ ਦੁਨੀਆ ਤੱਕ ਜਾਵੇ, ਇਹਦੀ ਸ਼ੁਰੂਆਤ ਹੀ ਬਾਹਰੋਂ ਹੋਈ ਹੈ। ਸਾਡੇ ਬਹੁਤ ਸਾਰੇ ਬੱਚਿਆਂ ਨੂੰ, ਬਹੁਤ ਸਾਰੇ ਲੋਕਾਂ ਨੂੰ ਅੱਜ ਵੀ ਜਨਰਲ ਹਰੀ ਸਿੰਘ ਨਲਵਾ ਦੀ ਮਹਾਨ ਕੁਰਬਾਨੀ ਦਾ ਨਹੀਂ ਪਤਾ ਕਿ ਇੱਕ ਨਿੱਕਾ ਜਿਹਾ ਮੁੰਡਾ ਆਪਣੇ ਪਿਓ ਦੀ ਮਦਦ ਦੇ ਨਾਲ ਘੋੜਿਆਂ ਨੂੰ ਖਰਖਰਾ ਕਰਨ ਦੀ ਨੌਕਰੀ ਜੁਆਇਨ ਕਰਦਾ, ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਦੇ ਵਿੱਚ ਤਬੇਲੇ 'ਚ ਘੋੜਿਆਂ ਨੂੰ ਖਰਖਰਾ ਕਰਨ ਦੀ ਉਹ ਨੌਕਰੀ ਜੁਆਇਨ ਕਰਦਾ, ਅਤੇ ਕਿਵੇਂ ਹੌਲੀ ਹੌਲੀ ਗੱਤਕੇ ਦੇ ਵਿੱਚ ਭਾਗ ਲੈਂਦਾ, ਆਪਣੀ ਯੁੱਧ ਕਲਾ ਕੌਸ਼ਲ ਦੇ ਜੌਹਰ ਦਿਖਾਉਂਦਾ। ਇੱਕ ਦਿਨ ਬਾਬੇ ਦੀ ਨਜ਼ਰ ਹੀ ਪੈਂਦਾ ਮਹਾਰਾਜਾ ਰਣਜੀਤ ਸਿੰਘ ਦੀ, ਅਤੇ ਉਹ ਵੇਖ ਕੇ ਬੜਾ ਪ੍ਰਭਾਵਿਤ ਹੁੰਦਾ ਅਤੇ ਉਹਨੂੰ ਫੌਜ 'ਚ ਭਰਤੀ ਕਰਦਾ। ਉਹ ਇੰਨਾ ਕੁ ਆਪਣਾ ਵਿਸ਼ਵਾਸ ਜਿੱਤਦਾ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਕਿ ਉਹਨੂੰ ਆਪਣਾ ਸਭ ਤੋਂ ਜ਼ਿਆਦਾ ਪਸੰਦੀਦਾ ਨੇੜਲਾ ਬੋਡੀਗਾਰਡ ਬਣਾ ਲੈਂਦੇ ਨੇ, ਅਤੇ ਉਹਨਾਂ ਦਾ ਪਰਸਨਲ ਬੋਡੀਗਾਰਡ ਬਣ ਕੇ ਬੜੇ ਸਾਲ ਉਹਨਾਂ ਦੇ ਨਾਲ ਵਿਚਰਦਾ। ਉਹ ਐਪੀਸੋਡ ਸਭ ਤੋਂ ਖੂਬਸੂਰਤ ਹੋ ਨਿਬੜਦਾ ਜਦੋਂ ਦੋਵੇਂ ਜਣੇ ਸ਼ਿਕਾਰ 'ਤੇ ਗਏ ਨੇ, ਅਤੇ ਜਦੋਂ ਸ਼ਿਕਾਰ ਮਹਾਰਾਜਾ ਰਣਜੀਤ ਸਿੰਘ ਦਾ, ਪਰ ਕਿਰਪਾਨ ਕੱਢਣ ਦੇ ਵਿੱਚ ਥੋੜ੍ਹੀ ਜਿਹੀ ਦੇਰੀ ਹੁੰਦੀ ਔਰ ਝਪਟ ਕੇ ਜਦੋਂ ਸ਼ੇਰ ਪੈਂਦਾ, ਚੀਤਾ ਟਾਈਗਰ ਜਦੋਂ ਪੈਂਦਾ ਮਹਾਰਾਜਾ ਰਣਜੀਤ ਸਿੰਘ ਵੱਲ ਨੂੰ, ਅਤੇ ਫਿਰ ਕਿੱਦਾਂ ਇਹ ਯੋਧਾ ਹੱਥਾਂ ਨਾਲ ਹੀ ਜਾ ਪੈਂਦਾ ਚੀਤੇ ਨੂੰ ਔਰ ਉਹਦੇ ਜਬਾੜਿਆਂ ਤੋਂ ਫੜ ਕੇ ਉਹਨੂੰ ਵਿੱਚੋਂ ਪਾੜ ਦਿੰਦਾ। ਉਸ ਦਿਨ ਨਲੂਆ ਦਾ ਖਿਤਾਬ ਮਿਲਦਾ ਇਹਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ, ਅਤੇ ਜਿਸ ਧਰਤੀ ਦੇ ਉੱਤੇ ਕਦੇ ਅਫਗਾਨ ਦੀ ਉਸ ਧਰਤੀ ਦੇ ਉੱਤੇ ਗੋਰੇ ਰਾਜ ਨਹੀਂ ਕਰ ਸਕੇ, ਜਿੱਥੇ ਸਿਕੰਦਰ ਵੀ ਨਹੀਂ ਸੀ ਪਹੁੰਚਿਆ, ਜਿੱਥੇ ਅੱਜ ਦੇਖ ਰਹੇ ਹਾਂ ਕਿ ਅਮਰੀਕਾ ਦਾ ਵੀ ਉਹਨਾਂ ਜ਼ੋਰ ਨਹੀਂ ਚੱਲਿਆ, ਜਿੱਥੇ ਰਸ਼ੀਆ ਦਾ ਜ਼ੋਰ ਨਹੀਂ ਚੱਲਿਆ, ਉਸ ਧਰਤੀ ਦੇ ਉੱਤੇ ਸਾਲਾਂ ਬੱਧੀ ਹਕੂਮਤ ਕੀਤੀ ਹੈ ਜਨਰਲ ਹਰੀ ਸਿੰਘ ਨਲਵਾ ਨੇ, ਕਾਬਲ ਕੰਧਾਰ ਦੇ ਵਿੱਚ ਦਰਬਾਰ ਲੱਗਦੇ ਰਹੇ ਨੇ। ਸੋ ਬੜੀ ਮਾਣ ਵਾਲੀ ਗੱਲ ਹੈ ਕਿ ਰੈਕੋਗਨੀਸ਼ਨ ਅੱਜ ਮਿਲਣੀ ਸ਼ੁਰੂ ਹੋਈ ਹੈ ਬਾਬਾ ਹਰੀ ਸਿੰਘ ਨਲਵਾ ਨੂੰ, ਔਰ ਮੇਰੀ ਬੇਨਤੀ ਹੈ ਕਿ ਸਾਰੇ ਸਾਡੇ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ, ਕਿ ਅਸੀਂ ਡੈਲਸ ਦੇ ਕਾਓਬੋਇਜ਼ ਦੇ ਜਰਸੀਆਂ ਦੇ ਉੱਤੇ ਅਤੇ ਬਾਬਾ ਹਰੀ ਸਿੰਘ ਨਲਵਾ 'ਤੇ ਵੇਖ ਲਿਆ। ਹੁਣ ਅਗਲੀ ਵਾਰੀ ਤੁਹਾਡੀ ਹੈ। ਬਗਾਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਮ ਤਾਂ ਜ਼ਰੂਰ ਆਪਾਂ ਆਪਣੀਆਂ ਟੀ ਸ਼ਰਟਾਂ 'ਤੇ ਲਿਖੇ ਦੇਖਦੇ ਹਾਂ, ਪਰ ਹੁਣ ਵਾਰੀ ਤੁਹਾਡੀ ਹੈ। ਮੈਨੂੰ ਇੰਤਜ਼ਾਰ ਰਹੇਗਾ ਜਦੋਂ ਪੰਜਾਬ ਦੇ ਗੱਭਰੂਆਂ ਚੋਬਰਾਂ ਨੌਜਵਾਨਾਂ ਦੀਆਂ ਟੀ ਸ਼ਰਟਾਂ ਦੇ ਉੱਤੇ ਮੈਂ ਬਾਬਾ ਹਰੀ ਸਿੰਘ ਨਲਵਾ ਦੇਖਾਂਗਾ। ਮਿਹਰਬਾਨੀ ਜੀ।